तीन साल हो गए मेरे वीरां नूं धमकी देंदा रहा वा, मैनूं डेली कुटदा रहा वा। कौन? मेरा आदमी सुरिंदर सिंह, उन्होंने इदा एक मेरा केस भी लत्तां मार मार के खराब किया वा, नाल सस भी आ नाल देवर भी आ। हाँ जी, मैं आर्मी की ड्यूटी करदा। हाँ जी, असीं दो दिन हो गए छुट्टी आए नूं, मेरी भैन दुखी हो गए मिलन गए, उन्होंने उस वेले कहिंदे कि मैनूं मार देना इन्हां मैनूं लै जाओ, इन्हें फिर आण के जबरदस्ती सानूं दरवाजा टप के फायर किए, फायर इन्हें छे दे छे फायर किए। ਤਿੰਨੇ ਖਲੋ ਕੇ ਮੈਨੂੰ ਕਟਾਉਂਦੇ ਰਹੇ ਆ, ਫਿਰ ਮੈਂ ਵਾਹਨਾਂ 'ਚ ਵੀ ਭੱਜਦੀ ਰਹੀ ਹਾਂ, ਮੇਰੇ ਨਾਲ ਬਹੁਤ ਕੁੱਟਮਾਰ ਹੁੰਦੀ ਰਹੀ ਆ। ਕਾਰਨ ਇਹੀ ਕਿ ਦਹੇਜ ਮੰਗਦਾ ਸੀ, ਜਦੋਂ ਉਹਨੇ ਆਪਣੀ ਗੱਡੀ ਲੈ ਲਈ ਉਸ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਰਾਤ ਦਿਨ ਮੈਨੂੰ ਕੁੱਟਣ ਲੱਗ ਪਿਆ ਵਾ। ਇੱਕ ਮੇਰੀ ਲੱਤ 'ਤੇ ਉਹਨੇ ਗਰਮ ਪਾਣੀ ਪਾਇਆ ਵਾ, ਮੇਰੀ ਲੱਤ 'ਤੇ ਛਾਲੇ ਵੀ ਬਣੇ। ਇਹ ਪ੍ਰਾਹੁਣਾ ਸਾਡਾ, ਇਹ ਜੀ ਅਸੀਂ ਗੁੱਡੀ ਲਿਆਂਦੀ, ਗੁੱਡੀ ਸਾਡੀ ਦਾ ਝਗੜਾ ਇਹਦੇ ਨਾਲ। ਅੱਛਾ ਜੀ, ਅਤੇ ਅਸੀਂ ਇਹੋ ਆਵਾਜ਼ਾਂ ਮਾਰਦੇ ਰਹੇ, ਸਾਨੂੰ ਇਹਨੇ ਆਵਾਜ਼ ਨਹੀਂ ਦਿੱਤੀ। ਜਦੋਂ ਇਹਨੇ ਮੁੰਡੇ ਮੇਰੇ, ਮੈਂ ਇਹਨੂੰ ਪਛਾਣ ਜਾ, ਇਹ ਬੂਹਾ ਚੜ੍ਹ ਕੇ ਤਾਂ ਮੈਂ ਗੁਆਂਢੀਆਂ ਨੂੰ ਠਾਉਣ ਚਲੇ ਗਿਆ ਪ੍ਰਧਾਨ ਨੂੰ ਪੌੜੀ ਲਾ ਕੇ, ਇਹਨੇ ਬੂਹਾ ਚੜ੍ਹ ਕੇ ਦੇ ਫਾਇਰ ਕੀਤਾ, ਮੁੰਡਾ ਮੇਰਾ ਭੱਜ ਕੇ ਬਰਾਂਡੇ 'ਚ ਵੜ ਗਿਆ। ਠੀਕ ਹੈ, ਉਹਨੇ ਦੋ ਫਾਇਰਿੰਗ ਕੀਤੇ ਆ, ਮੇਰਾ ਵੀਰ ਜੀ ਅਤੇ ਮੇਰੇ ਭਾਬੀ ਜੀ ਅੱਗੇ ਹੋ ਗਏ ਆ, ਫਿਰ ਇਹਨਾਂ ਦੇ ਵੱਲ ਗੋਲੀ ਚਲਾਈ ਆ। ਠੀਕ ਹੈ, ਫਿਰ ਸਾਡੀ ਘਰ ਕੰਧ ਟੱਪ ਕੇ ਆ ਗਿਆ ਵਾ, ਬਹੁਤ ਹੀ ਹੋਇਆ ਵਾ, ਬਹੁਤ ਹੀ ਮਾੜਾ ਹੋਇਆ ਸਾਡੇ ਨਾਲ, ਉਹਨੂੰ ਸਾਰੀ ਉਮਰ ਦੀ ਸਜ਼ਾ ਦਿੱਤੀ ਜਾਵੇ। ਜੀ ਮੈਂ ਰੋਟੀ ਖਾਣ ਡਿਆ ਅਤੇ ਇੱਕ ਨਾ ਚਾਣ ਕੇ ਰੌਲਾ ਪੈ ਗਿਆ। ਹਾਂਜੀ, ਫਿਰ ਮੈਂ ਬਾਅਦ 'ਚ ਆਪਣੀ ਕੋਠੀ ਚੜ੍ਹ ਕੇ ਵੇਖਿਆ, ਫਿਰ ਆਪਣਾ ਜਿਹੜਾ ਪ੍ਰਾਹੁਣਾ ਇਹਨਾਂ ਦਾ ਨਾਂ ਪਤਾ ਨਹੀਂ ਸਿੰਘਪੁਰ ਹੈ ਨਾ, ਇਹਨਾਂ ਦਾ ਆਪਣਾ ਗੇਟ ਪਾਰ ਕਰਨ ਡਿਆ ਜੀ। ਅੱਛਾ ਜੀ, ਗੇਟ ਪਾਰ ਕਰਕੇ ਇਹਨੇ ਆਪਣੇ ਪੈਰ ਕੀਤੇ ਦੋ ਤਿੰਨ। ਨਾਮ ਭੈਣ ਜੀ ਤੁਹਾਡਾ? ਰਾਜਵੀਰ ਕੌਰ। ਜਿਹੜੀ ਆ ਗੋਲੀ ਚੱਲੀ, ਕੀ ਮਸਲਾ ਸਾਰਾ, ਕਾਹਦੀ ਗੱਲੋਂ? ਗੋਲੀ ਇਸ ਤਰ੍ਹਾਂ ਚੱਲੀ ਆ, ਤਿੰਨ ਸਾਲ ਹੋ ਗਏ ਮੇਰੇ ਵੀਰਾਂ ਨੂੰ ਧਮਕੀ ਦਿੰਦਾ ਰਿਹਾ ਵਾ, ਮੈਨੂੰ ਡੇਲੀ ਕੁੱਟਦਾ ਰਿਹਾ ਵਾ। ਕੌਣ? ਮੇਰਾ ਆਦਮੀ ਸੁਰਿੰਦਰ ਸਿੰਘ। ਠੀਕ ਆ, ਉਹਨਾਂ ਨੇ ਇੱਦਾਂ ਸਿੰਘਪੁਰੇ ਦਾ, ਉਹਨਾਂ ਨੇ ਇੱਦਾਂ ਇੱਕ ਮੇਰਾ ਕੇਸ ਵੀ ਲੱਤਾਂ ਮਾਰ ਮਾਰ ਕੇ ਖਰਾਬ ਕੀਤਾ ਵਾ, ਨਾਲ ਸੱਸ ਵੀ ਆ ਨਾਲ ਦੇਵਰ ਵੀ ਆ, ਤਿੰਨੇ ਖਲੋ ਕੇ ਮੈਨੂੰ ਕਟਾਉਂਦੇ ਰਹੇ ਆ, ਫਿਰ ਮੈਂ ਵਾਹਨਾਂ 'ਚ ਵੀ ਭੱਜਦੀ ਰਹੀ ਹਾਂ, ਮੇਰੇ ਨਾਲ ਬਹੁਤ ਕੁੱਟਮਾਰ ਹੁੰਦੀ ਰਹੀ ਆ। ਕਾਰਨ ਕੀ? ਕਦ ਤੋਂ ਕੁੱਟਦੇ ਰਹੇ? ਕਾਰਨ ਇਹੀ ਕਿ ਦਹੇਜ ਮੰਗਦਾ ਸੀ, ਜਦੋਂ ਉਹਨੇ ਆਪਣੀ ਗੱਡੀ ਲੈ ਲਈ ਉਸ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਰਾਤ ਦਿਨ ਮੈਨੂੰ ਕੁੱਟਣ ਲੱਗ ਪਿਆ ਵਾ, ਇੱਕ ਮੇਰੀ ਲੱਤ 'ਤੇ ਉਹਨੇ ਗਰਮ ਪਾਣੀ ਪਾਇਆ ਵਾ, ਮੇਰੀ ਲੱਤ 'ਤੇ ਛਾਲੇ ਵੀ ਬਣੇ, ਅਜੇ ਵੀ ਸਬੂਤ ਹੈਗਾ ਵਾ। ਠੀਕ ਆ, ਬਹੁਤ ਹੀ ਜ਼ਿਆਦਾ ਕੁੱਟਮਾਰ ਹੋਣ ਨਾਲ ਫਿਰ ਮੈਂ ਆਪਦੇ ਭਰਾਵਾਂ ਨੂੰ, ਜਿਸ ਦਿਨ ਮੈਨੂੰ ਮਿਲਣ ਗਏ ਆ, ਮੈਂ ਇਹਨਾਂ ਦੇ ਗੱਲ ਲਾ ਕੇ ਰੋਣ ਲੱਗ ਪਈ, ਕਹਿੰਦੇ ਕਿ ਸਾਨੂੰ ਚਾਹ ਪਾਣੀ ਪਿਆ, ਮੈਂ ਕਿਹਾ ਨਹੀਂ ਮੈਨੂੰ ਇੱਥੋਂ ਲੈ ਜਾਓ। ਠੀਕ ਆ, ਫਿਰ ਉਸ ਤੋਂ ਬਾਅਦ ਉਹਨੇ ਮਗਰ ਫੋਨ ਵੀ ਕੀਤੇ ਆ, ਬਹੁਤ ਹੀ ਧਮਕੀਆਂ ਦਿੰਦਾ ਰਿਹਾ ਵਾ। ਠੀਕ ਆ, ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਬਹੁਤ ਹੀ ਕੁੱਟਣ ਮਾਰਨ ਦੀ ਕੋਸ਼ਿਸ਼ ਕੀਤੀ ਆ, ਫਿਰ ਉਹ ਜਦੋਂ ਆਉਣ ਤੋਂ ਪਹਿਲਾਂ ਉਹਨੇ ਸਾਡੇ ਫੋਨ 'ਤੇ ਕਾਲਾਂ ਕੀਤੀਆਂ ਵਾ, ਅਲੱਗ ਅਲੱਗ ਮੁੰਡਿਆਂ ਤੋਂ ਕਾਲਾਂ ਕਰਾਉਂਦਾ ਰਿਹਾ, ਅਸੀਂ ਉਹਦਾ ਫੋਨ ਨਹੀਂ ਚੁੱਕਿਆ। ਕਾਲਾਂ ਤੋਂ ਬਾਅਦ ਉਹ ਸਾਡੇ ਇੱਦਾਂ ਉਹਨੇ ਕਿਹਾ ਕਿ ਦਰਵਾਜ਼ਾ ਖੜਕਾਇਆ ਵਾ, ਕਹਿੰਦਾ ਕਿ ਦਰਵਾਜ਼ਾ ਖੋਲੋ, ਅਸੀਂ ਕਿਹਾ ਅਸੀਂ ਨਹੀਂ ਖੋਲਣਾ। ਠੀਕ ਆ, ਉਹਨੇ ਦੋ ਫਾਇਰਿੰਗ ਕੀਤੇ ਆ, ਮੇਰਾ ਵੀਰ ਜੀ ਅਤੇ ਮੇਰੇ ਭਾਬੀ ਜੀ ਅੱਗੇ ਹੋ ਗਏ ਆ, ਫਿਰ ਇਹਨਾਂ ਦੇ ਵੱਲ ਗੋਲੀ ਚਲਾਈ ਆ। ਠੀਕ ਆ, ਫਿਰ ਸਾਡੀ ਘਰ ਕੰਧ ਟੱਪ ਕੇ ਆ ਗਿਆ ਵਾ, ਬਹੁਤ ਹੀ ਹੋਇਆ ਵਾ, ਬਹੁਤ ਹੀ ਮਾੜਾ ਹੋਇਆ ਸਾਡੇ ਨਾਲ, ਉਹਨੂੰ ਸਾਰੀ ਉਮਰ ਦੀ ਸਜ਼ਾ ਦਿੱਤੀ ਜਾਵੇ। ਮੰਗ ਉਹ ਇਹ ਕਰਦਾ ਵਾ ਕਿ ਮੈਨੂੰ ਗੱਡੀ ਦਿਓ, ਦਹੇਜ ਦੀ ਮੰਗ ਕਰਦਾ ਵਾ। ਤੁਸੀਂ ਕੀ ਮੰਗ ਕਰਦੇ? ਮੈਂ ਮੰਗ ਇਹ ਕਰਦੀ ਕਿ ਸਾਰੀ ਉਮਰ ਦੀ ਉਹਨੂੰ ਕੈਦ ਕੀਤੀ ਜਾਵੇ, ਸਜ਼ਾ ਕੀਤੀ ਜਾਵੇ। ਠੀਕ ਆ, ਉਹਨੂੰ ਕੋਈ ਨਾ ਉਹਦੇ ਮਗਰ ਜਾਵੇ, ਮੇਰੀ ਇਹੀ ਮੰਗ ਆ, ਬਸ ਮੈਂ ਇਹੀ ਮੰਗ ਕਰਦੀ। ਕੀ ਨਾਂ ਆਪਣਾ? ਹਾਂਜੀ, ਮੇਰਾ ਨਾਂ ਗੁਰਨਿਸ਼ਾਨ ਸਿੰਘ। ਹਾਂਜੀ, ਮੈਂ ਆਰਮੀ ਦੀ ਡਿਊਟੀ ਕਰਦਾ। ਹਾਂਜੀ, ਅਸੀਂ ਦੋ ਦਿਨ ਹੋ ਗਏ ਛੁੱਟੀ ਆਏ ਨੂੰ, ਮੇਰੀ ਭੈਣ ਦੁਖੀ ਹੋ ਕੇ ਮਿਲਣ ਗਏ, ਉਹਨਾਂ ਨੇ ਉਸ ਵੇਲੇ ਕਹਿੰਦੇ ਕਿ ਮੈਨੂੰ ਮਾਰ ਦੇਣਾ ਇਹਨਾਂ ਮੈਨੂੰ ਲੈ ਜਾਓ। ਅਸੀਂ ਲੈ ਆਉਂਦੀ, ਦੋ ਦਿਨ ਹੋਏ ਅਜੇ ਠਾਣੋ ਠਾਣੀ ਕੰਮ ਹੋਇਆ, ਕੁੜੀ ਕਹਿੰਦੀ ਕਿ ਮੈਂ ਨਹੀਂ ਜਾਣਾ। ਇਹਨੂੰ ਕਿਹਾ ਵੀ ਅਜੇ 8 ਦਿਨ ਰਹਿੰਦੇ ਆ ਫੈਸਲੇ ਵਾਸਤੇ, ਜੇ ਕੁੜੀ ਮੰਨੂਗੀ ਤਾਂ ਤੂੰ ਲੈ ਜੀ। ਇਹਨੇ ਫਿਰ ਆਣ ਕੇ ਜ਼ਬਰਦਸਤੀ ਸਾਨੂੰ ਦਰਵਾਜ਼ਾ ਟੱਪ ਕੇ ਫਾਇਰ ਕੀਤੇ, ਔਰ ਮੈਨੂੰ ਔਰ ਮੇਰੇ ਘਰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕਿੰਨੇ ਕੁ ਫਾਇਰ ਕੀਤੇ ਇਹਨੇ? ਫਾਇਰ ਇਹਨੇ 6 ਦੇ 6 ਫਾਇਰ ਕੀਤੇ। ਤੇ ਤੁਹਾਡੇ ਵੱਲੋਂ ਜਿਹੜਾ ਉਹਨੂੰ ਸੁਣਨ ਵਿੱਚ ਆਇਆ ਕਿ ਉਹਨੂੰ ਫੜਿਆ ਵੀ ਗਿਆ ਸੀ? ਹਾਂਜੀ, ਫੜਿਆ ਸੀ, ਪੁਲਿਸ ਉੱਧਰੋਂ ਆਈ, ਉਹਨਾਂ ਨੇ ਬੁਲਾਈ, ਪਤਾ ਨਹੀਂ ਪਿੱਛੋਂ ਉਹਨਾਂ ਦੇ ਬੰਦਿਆਂ ਨੇ ਲਿਆਂਦੀ, ਕਿੱਦਾਂ ਲਿਆਂਦੀ, ਉਹਨੂੰ ਲੈ ਗਏ ਨੇ। ਹੁਣ ਕਹਿ ਰਹੇ ਨੇ ਪਰਚਾ ਕਰਦੇ ਆ, ਦੇਖੋ ਹੁਣ ਅਗਲੀ ਇਹਨਾਂ ਦੀ ਕਾਰਵਾਈ ਕੀ ਹੁੰਦੀ ਹੈ। ਜਦੋਂ ਤੁਸੀਂ ਇਹਨੂੰ ਫੜਿਆ ਸੀ, ਤੁਹਾਡੇ ਕੋਲ ਵੀਡੀਓ ਵਗੈਰਾ ਕੋਈ? ਹਾਂਜੀ ਹੈ, ਵੀਡੀਓ ਵੀ ਹੈ, ਰਿਵਾਲਵਰ ਵੀ ਹੈ, ਔਰ ਉਹਦੇ ਖੋਖੇ ਵੀ ਹੈ। ਕਿਸ ਤਰ੍ਹਾਂ ਦੀ ਮੰਗ ਕਰਦੇ ਇਸ ਬੰਦੇ? ਅਸੀਂ ਮੰਗ ਕਰਦੇ ਇਹਨੂੰ ਅੰਦਰ ਜੇਲ੍ਹ ਦੇ ਵਿੱਚ ਪਰਚਾ ਕੀਤਾ ਜਾਵੇ, ਇਹਦਾ ਰਿਵਾਲਵਰ ਜ਼ਬਤ ਕੀਤਾ ਜਾਵੇ। ਇਸ ਤੋਂ ਪਹਿਲਾਂ ਵੀ ਕੋਈ ਇਹਦੀਆਂ ਦਰਖਾਸਤਾਂ ਦਿੱਤੀਆਂ? ਹਾਂਜੀ, ਨੌ ਵਾਰਾਂ ਇਹਦਾ ਦੂਜਾ ਫੈਸਲਾ ਹੋ ਚੁੱਕਾ ਹੈ, ਪਰ ਇਹ ਫਿਰ ਵੀ ਕੁੜੀ ਨੂੰ ਕੁੱਟਦਾ ਮਾਰਦਾ ਸੀ, ਦਾਜ ਦੀ ਮੰਗ ਕਰਦਾ ਸੀ, ਗੱਡੀ ਦੀ ਮੰਗ ਕਰਦਾ ਸੀ, ਅਸੀਂ ਨਹੀਂ ਗੱਡੀ ਦੇਣ ਜੋਗੇ।
ਕੀ ਨਾ ਆਪਣਾ ਤੇ ਕੀ ਗੱਲ ਹੋਈ ਅੱਜ? ਮੇਰਾ ਨਾਮ ਹੈਗਾ ਵਜਿੰਦਰ ਸਿੰਘ। ਹਾਂਜੀ ਕੀ ਗੱਲ ਹੋਈ ਅੱਜ? ਇਹ ਵੀਰ ਜੀ ਆਇਆ ਹੈ। ਕੌਣ ਆਇਆ ਅੱਜ? ਇਹ ਪ੍ਰਾਹੁਣਾ ਸਾਡਾ। ਹਾਂਜੀ ਕੀ ਨਾਮ? ਕੀ ਨਾਮ ਇਹਦਾ? ਨਾ ਸੁਲਵਿੰਦਰ ਸਿੰਘ। ਕਿੱਥੋਂ ਦਾ ਰਹਿਣ ਵਾਲਾ ਹੈ? ਸਿੰਘਪੁਰੇ ਦਾ। ਤੇ ਅੱਜ ਕੀ ਕਰਨ ਆਇਆ ਇੱਥੇ? ਇਹ ਜੀ ਅਸੀਂ ਗੁੱਡੀ ਲਿਆਂਦੀ, ਗੁੱਡੀ ਸਾਡੀ ਦਾ ਝਗੜਾ ਇਹਦੇ ਨਾਲ। ਅੱਛਾ ਜੀ। ਤੇ ਅਸੀਂ ਇਹੋ ਆਵਾਜ਼ਾਂ ਮਾਰਦੇ ਰਹੇ, ਸਾਨੂੰ ਇਹਨੇ ਆਵਾਜ਼ ਨਹੀਂ ਦਿੱਤੀ। ਜਦੋਂ ਇਹਨੇ ਮੁੰਡੇ ਮੇਰੇ ਮੈਂ ਇਹਨੂੰ ਪਛਾਣ ਜਾ, ਇਹ ਬੂਹਾ ਚੜ ਕੇ ਤੇ ਮੈਂ ਗੁਆਂਢੀਆਂ ਨੂੰ ਠਾਉਣ ਚਲੇ ਗਿਆ ਪ੍ਰਧਾਨ ਨੂੰ ਪੌੜੀ ਲਾ ਕੇ। ਇਹਨੇ ਬੂਹਾ ਚੜ ਕੇ ਇਹਨੇ ਫਾਇਰ ਕੀਤਾ, ਮੁੰਡਾ ਮੇਰਾ ਭੱਜ ਕੇ ਬਰਾਂਡੇ 'ਚ ਵੜ ਗਿਆ। ਹਾਂਜੀ ਕਿੰਨੇ ਫਾਇਰ ਕੀਤਾ? ਇਹ ਮੁੜ ਕੇ ਸਾਡਾ ਥੁਪਾਈ ਹੋ ਗਿਆ, ਸਾਰੇ ਮੁੜ ਕੇ ਬੰਦੇ ਜਿੰਨੇ ਭੈਣ ਭਰਾ ਮੇਰੇ ਆਂਢ ਗੁਆਂਢ ਹੈਗੇ ਸਾਰੇ ਮੁੜ ਕੇ ਆ ਗਏ ਆ। ਤੇ ਕਿੰਨੇ ਕੁ ਜਾਣੇ ਨਾਲ ਲੈ ਕੇ ਆਇਆ ਸੀ? ਮਗਰੋਂ ਆਏ ਭਾਈ ਬੰਦੇ ਜਿਹੜੇ ਫਰਮਾਇਸ਼ੀ ਆ। ਪਹਿਲੋਂ ਕੱਲਾ ਹੀ ਆਇਆ। ਤੇ ਤੁਸੀਂ ਉਹਨੂੰ ਇੱਥੇ ਫੜਿਆ ਸੀ ਸੁਣ? ਹਾਂਜੀ ਹਾਂਜੀ। ਤੇ ਹੁਣ ਉਸ ਤੋਂ ਬਾਅਦ ਪੁਲਿਸ ਆਈ ਕੋਈ? ਹਾਂਜੀ ਆਈ ਆ, ਪੁਲਿਸ ਮੰਦਰ ਤੇ ਗਾਂ ਫਿਰ ਆ ਗਿਆ। ਤੇ ਪੁਲਿਸ ਉਹਨਾਂ ਨੂੰ ਲੈ ਗਈ ਵੀਰ ਨੂੰ? ਹਾਂਜੀ ਲੈ ਗਏ ਆ। ਤੁਹਾਨੂੰ ਕੀ ਕਹਿ ਗਿਆ ਪੁਲਿਸ? ਸਾਨੂੰ ਕਹਿ ਗਿਆ ਤੁਸੀਂ ਆ ਜਾਓ, ਜਿਹੜੀ ਕਾਰਵਾਈ ਆਖੋਗੇ ਅਸੀਂ ਉਹ ਚਾਲੂ ਕਰਨੀ ਆ। ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਕਰਦੇ ਹੋ? ਅਸੀਂ ਸਾਹਿਬ ਆਣੇ ਪਰਚਾ ਹੋਵੇਗਾ। ਕਿਆ ਤੁਸੀਂ ਇੱਕ ਪਿਸਟਲ ਵੀ ਫੜੀ ਫਿਰਦੇ ਆ? ਕੋਈ ਗੋਲੀਆਂ ਗਾਲੀਆਂ ਵੀ ਚਲਾਈਆਂ ਨੇ? ਹਾਂਜੀ ਆ ਦੋ ਫਾਇਰ ਨੇ ਆਵੇ। ਕੀ ਨਾਮ ਆਪਣਾ? ਮੇਰਾ ਨਾਮ ਜੀ ਹਰਜੀਤ ਸਿੰਘ ਫੌਜੀ। ਹਰਜੀਤ ਸਿੰਘ ਜੀ ਅੱਜ ਕੀ ਇੱਥੇ ਜਿਹੜੀ ਆ ਘਟਨਾ ਵਾਪਰੀ? ਵੀਰ ਜੀ ਮੈਂ ਤਾਂ ਰੋਟੀ ਖਾਣ ਡਿਆ ਤੇ ਇੱਕ ਨਾ ਅਚਾਨਕ ਇੱਥੇ ਰੌਲਾ ਪੈ ਗਿਆ। ਹਾਂਜੀ। ਫਿਰ ਮੈਂ ਬਾਅਦ 'ਚ ਆਪਣੀ ਕੋਠੀ ਚੜ੍ਹ ਕੇ ਵੇਖਿਆ, ਫਿਰ ਆਪਣਾ ਜਿਹੜਾ ਪ੍ਰਾਹੁਣਾ ਇਹਨਾਂ ਦਾ ਨਾ ਪਤਾ ਨਹੀਂ ਸਿੰਘਪੁਰ ਇਹਨਾਂ ਦਾ ਆਪਣਾ ਗੇਟ ਪਾਰ ਕਰ ਲਿਆ ਜੀ। ਅੱਛਾ ਜੀ। ਗੇਟ ਪਾਰ ਕਰਕੇ ਇਹਨੇ ਆਪਣੇ ਫੇਰ ਕੀਤੇ ਦੋ ਤਿੰਨ। ਫਿਰ ਮੈਂ ਉਦੋਂ ਰੌਲਾ ਪਾਇਆ, ਮੈਂ ਸਾਨੂੰ ਫੜ ਜੱਫਾ ਪਰਨ ਛੱਡਣ, ਮੈਂ ਵੀ ਆ ਗਿਆ, ਮੈਂ ਅਸੀਂ ਵੀ ਆ ਗਏ ਬਸ ਸਾਰੇ। ਅੱਛਾ ਜੀ। ਇਹਨਾਂ ਨੂੰ ਫਿਰ ਅਸੀਂ ਆ ਗਏ ਨਾ ਫੜ ਕੇ, ਮੁੜ ਕੇ ਇੱਥੇ ਬੰਨ ਲਿਆ। ਠੀਕ ਹੈ। ਹਾਂਜੀ। ਤੇ ਪੁਲਿਸ ਆਈ ਸੁਣਨ ਵਿੱਚ ਆਇਆ? ਹਾਂਜੀ ਪੁਲਿਸ ਬਾਅਦ ਵਿੱਚ ਆਈ ਹੈ, ਪੁਲਿਸ ਨੇ ਕੀਤੀ ਕਾਰਵਾਈ ਜੋ ਕਰਕੇ ਹੋ, ਇਹਦੇ ਮਗਰੋਂ ਬੰਦੇ ਆਏ ਮਾੜੀ ਮੇ ਕੇ ਤੇ ਮੁੜ ਕੇ ਲੈ ਗਏ। ਕਿਸ ਤਰ੍ਹਾਂ ਦੀ ਮੰਗ ਕਰਦੇ ਇਹੋ ਜਿਹੇ ਬੰਦੇ ਤੁਸੀਂ? ਇਹ ਕਹਿੰਦੇ ਬੰਦੇ ਨੂੰ ਬਿਲਕੁਲ ਛੱਡਿਆ ਚਾਹੇ, ਜੋ ਆਪਣੀ ਕੁੜੀ ਰਾਜੀ ਨਹੀਂ ਉੱਥੇ ਜਾਣ ਦੇ ਵਿੱਚ, ਇਹਨੂੰ ਰੋਜ਼ ਕੁੜਦਾ ਮਾਰਦਾ, ਸ਼ਰਾਬ ਦੀ ਅੱਧੀ ਰਾਤ ਆਉਂਦਾ, ਕੁੜਦਾ ਮਾਰਦਾ, ਰਾਜੀ ਨਹੀਂ ਤੇ ਇਹਨੂੰ ਸਭ ਤੋਂ ਸਾਰੀ ਸਜ਼ਾ ਮਿਲੀ ਜੀ। ਇੱਥੇ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਉੱਥੇ ਮੌਕੇ 'ਤੇ ਪਹੁੰਚ ਗਿਆ, ਉੱਥੋਂ ਫਿਰ ਮੈਂ ਉਹ ਮੁੰਡੇ ਨੂੰ ਨਾਲ ਲੈਣ ਦਾ ਬਾਕੀ ਵੈਰੀਫਾਈ ਕਰ ਰਿਹਾ, ਜਿਹੜੇ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਰਵਾਈ ਕੀਤੀ। ਕੋਈ ਸਰ ਗੋਲੀ ਵਗੈਰਾ ਵੀ ਚੱਲੀ ਇੱਥੇ? ਵੀ ਜੀ ਉਹਨਾਂ ਦੇ ਗੱਲ ਦੇ ਮੁਤਾਬਕ ਆ, ਬਾਕੀ ਵੈਰੀਫਾਈ ਕਰ ਰਿਹਾ ਜੀ। देर है पर हनेर नहीं। कि तुसी परेशान हो, आज ही संपर्क करो गुरु बशीर खान, कॉल करो 98154-60-154। पता लुधियाना। हर परेशानी दा हाल पाओ 100% गारंटी दे नाल। परेशानी जिवें व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना, लाटरी नंबर पाओ भावे 649 होवे या मेगा मिलियन, हर जगह तो निराश ते धोखा खा चुके दुखी भैन भरा एक बार जरूर संपर्क करो। मैं तुहानू खून हंजू नहीं रोन दियांगा। इट्स माई प्रोमिस। गुरु बशीर खान 98154-60-154।